हाँ जी, सत श्री अकाल जी सारिआं नूं। ते अज जिहड़ी वीडियो छोटी जी इनफॉर्मेशन आ, ते मैं सोचा तुहाडे नाल शेयर कर देवां, ते बाकी लाइक शेयर जरूर कर दिओ जे चंगी लगूगी। रिलेटेड हैगी रोमानिया दे नाल ही। जिद्दां हुण रोमानिया दे विच आउण नूं कोई मन्ने चाहे ना मन्ने, है ना, वी हुण भावें तुहानूं एजेंट लाखारी कह देण कि नहीं 2 महीने 3 महीने च तुसीं चल जाओगे, ये वीडियो सारे वाल नहीं, ये सारिआं वास्ते नहीं हैगी, बट कुछ बंदियां वास्ते हैगी है जिन्हां दे काम आ सकदी है। ते जिदा हुण एजेंट कहिंदे कि ना 3 4 5 महीने च जिहड़ा वा कि बण जूगा तुहाडा काम, इदां दा कुछ नहीं हैगा, घट्टो घट्ट 8 तों 10 महीने लगणगे सिंगल जिहड़ी एम्बेसी उहदे करके। सो जिहड़े वीर जिन्हां दा जिहड़ा पासपोर्ट आ 1 साल दा रहि गया वा जां 1 साल तों घट आ, जिदा हुण जिहड़े पिंडां पुंडां वाले जलंधर वाले जिहड़े एजेंट आ, इन्हां नूं कोई एडा पता नहीं हैगा। मैं तुहानूं सिद्धी गल दस्सां, जे तुहानूं कोई कहिंदा कि जे तुहाडा पासपोर्ट 8 9 महीने दा रहि गया, जां तुहानूं एजेंट कहिंदा वा कि कोई गल नहीं आ, तुसीं कर दिओ अप्लाई वी तुहाडा वीजा लग जूगा, उहनां वास्ते आ, तुहाडा जिहड़ा पासपोर्ट आ कम से कम 1 1.5 साल दा होणा चाहीदा वा जे तुसीं रोमानिया वास्ते अप्लाई करदे। ठीक आ, उहदा कारण की आ मैं तुहानूं दस दिंदा। हुण जे तुहाडा जिहड़ा पासपोर्ट आ 1 साल दा तुहाडा पिआ वा ते तुसीं अप्लाई कर दित्ता वा, ਤੇ ਉਹਦੇ 'ਚ ਹੁਣ 1 ਸਾਲ ਦੇ ਟਾਈਮ ਦੇ ਵਿੱਚ ਸੁਣ ਲਓ 3 ਕੁ ਮਹੀਨੇ ਤੁਹਾਡੇ, 2 3 ਮਹੀਨੇ ਆਫਰ ਲੈਟਰ ਨੂੰ, 3 4 ਮਹੀਨੇ ਵਰਕ ਕੰਟਰੈਕਟ ਨੂੰ, ਅੰਬੈਸੀ ਦੀ ਡੇਟ ਮਿਲਣ ਨੂੰ, ਵੀਜ਼ਾ ਲੱਗਣ ਨੂੰ 8 9 ਮਹੀਨੇ ਲੱਗ ਜਾਣੇ, ਮਤਲਬ ਜੀ 1 ਸਾਲ ਦਾ। ਪਰ ਹੁਣ ਚੱਕਰ ਕੀ ਪੈਂਦਾ ਪਿਆ ਵਾ, ਆਫਰ ਲੈਟਰ ਨਿਕਲਣ ਨੂੰ, ਉਸ ਤੋਂ ਬਾਅਦ ਵਰਕ ਕੰਟਰੈਕਟ ਨਿਕਲਣ ਨੂੰ ਜਿਹੜੇ 6 7 ਮਹੀਨੇ ਲੱਗ ਜਾਂਦੇ, ਤੇ ਜਦੋਂ ਤੁਹਾਡਾ ਵੀਜ਼ਾ, ਜਦੋਂ ਤੁਸੀਂ ਅੰਬੈਸੀ ਦੇ ਵਿੱਚ ਤੁਹਾਡਾ ਪਾਸਪੋਰਟ ਜਾਂਦਾ ਨਾ, ਤੇ ਜੇ ਤੁਹਾਡਾ ਪਾਸਪੋਰਟ 6 ਮਹੀਨੇ ਤੋਂ ਘੱਟ ਆ ਤੇ ਐਮਬੈਸੀ ਤੁਹਾਨੂੰ ਵੀਜ਼ਾ ਨਹੀਂ ਦਊਗੀ। ਇਹ ਬਹੁਤ ਸਾਰੇ ਲੋਕਾਂ ਨਾਲ ਹੋਇਆ ਵਾ, ਤੇ ਪਰਸਨਲੀ ਜਦੋਂ ਮੈਂ ਆਇਆ ਸੀਗਾ ਮੇਰਾ ਵੀ ਪਾਸਪੋਰਟ ਉਦੋਂ ਖਤਮ ਹੋ ਗਿਆ ਸੀਗਾ, ਮਤਲਬ ਮੇਰਾ ਪਾਸਪੋਰਟ ਰਹਿ ਗਿਆ ਸੀਗਾ 1 ਸਾਲ ਦਾ, ਤੇ ਜਿਹੜੀ ਮੈਂ ਕੰਪਨੀ 'ਚ ਆਇਆ ਸੀਗਾ ਉਹਦੇ ਮਾਲਕ ਨੇ, ਮਤਲਬ ਉਹਦਾ ਮਾਲਕ ਖੁਦ ਆਇਆ ਸੀ ਉਹ ਇੰਟਰਵਿਊ ਲੈਣ, ਤਾਂ ਉਹਨਾਂ ਨੇ ਕਹਿ ਦਿੱਤਾ ਸੀ ਕਿ ਜਿਨ੍ਹਾਂ ਦੇ ਪਾਸਪੋਰਟ ਸਾਲਕ ਦੇ ਆ ਤੇ ਪਲੀਜ਼ ਉਹ ਆਪਣੇ ਪਾਸਪੋਰਟ ਰੀਨਿਊ ਕਰ ਲੈਣ। ਮੇਰਾ ਜੋਬ ਆਫਰ ਲੈਟਰ ਆ ਗਿਆ ਸੀਗਾ, ਠੀਕ ਆ, ਉਸ ਤੋਂ ਬਾਅਦ ਮੈਂ ਆਪਣਾ ਪਾਸਪੋਰਟ ਬਣਾ ਲਿਆ ਸੀਗਾ ਨਵਾਂ, ਮੈਂ ਆਪਣਾ ਨਵਾਂ ਪਾਸਪੋਰਟ ਜਿਹੜਾ ਬਣਾ ਲਿਆ ਸੀਗਾ। ਸੋ ਇਦਾਂ ਸਿਸਟਮ ਸੀ। ਤੇ ਜਿਨ੍ਹਾਂ ਵੀਰਾਂ ਦੇ ਪਾਸਪੋਰਟ ਜਿਹੜੇ ਆ ਉਹ ਐਕਸਪਾਇਰ ਹੋਣ ਵਾਲੇ ਆ, ਜਾਂ 1 ਸਾਲ ਰਹਿ ਗਿਆ ਵਾ, ਜਾਂ 1 ਸਾਲ ਤੋਂ ਘੱਟ ਆ, ਤੇ ਜਦੋਂ ਤੁਹਾਡਾ ਆਫਰ ਲੈਟਰ ਆ ਗਿਆ, ਤੁਹਾਡਾ ਕੰਟਰੈਕਟ ਆ ਗਿਆ, ਜੇ ਤੁਹਾਡੇ ਪਾਸਪੋਰਟ ਦੀ ਵੈਲਿਡਿਟੀ 6 ਮਹੀਨੇ ਆ ਜਾਂ 7 ਮਹੀਨੇ ਆ ਜਾਂ 5 ਮਹੀਨੇ ਆ ਇਮੀਗ੍ਰੇਸ਼ਨ ਦੇ ਵਿੱਚ, ਜਾਂ ਜਿਹੜੀ ਰੋਮਾਨੀਆ ਦੀ ਵੈਸੀ ਹੈ ਦਿੱਲੀ ਵਿੱਚ, ਜਦੋਂ ਉਦੋਂ ਜਮ੍ਹਾਂ ਹੋਣਾ ਵੈਲਿਡਿਟੀ ਹੋ ਜੇ 6 ਮਹੀਨੇ ਤੋਂ ਘੱਟ ਆ, ਤੁਹਾਨੂੰ ਵੀਜ਼ਾ ਨਹੀਂ ਮਿਲਣਾ, ਬਹੁਤ ਘੱਟ ਚਾਂਸ ਆ ਵੀਜ਼ਾ ਮਿਲਣ ਦੇ। ਸੋ ਇਸ ਕਰਕੇ ਜਿਨ੍ਹਾਂ ਦੇ ਪਾਸਪੋਰਟ ਘੱਟ ਆ ਤੇ ਉਹ ਜ਼ਰੂਰ ਆਪਦੇ ਜਿਹੜੇ ਆ ਪਾਸਪੋਰਟ ਰੀਨਿਊ ਕਰਾ ਲੈਣ। ਹੁਣ ਕਈ ਕਹਿਣਗੇ, ਕੋਈ ਕਹੂਗਾ ਬਾਈ ਮੇਰਾ 1.5 ਸਾਲ ਪਿਆ ਪਾਸਪੋਰਟ, ਮੇਰਾ ਸਾਲ ਪਿਆ ਵਾ, ਮੇਰਾ ਵਰਕ ਕੰਟਰੈਕਟ ਆ ਗਿਆ ਵਾ। ਮੈਂ ਤੁਹਾਨੂੰ ਇਹ ਦੱਸ ਰਿਹਾ ਕਿ ਜਦੋਂ ਅੰਬੈਸੀ 'ਚ ਜਾਣਾ ਵਾ, ਜੇ 6 7 ਮਹੀਨੇ ਤੋਂ ਘੱਟ ਆ ਪਾਸਪੋਰਟ ਦੀ ਵੈਲਿਡਿਟੀ, ਤਾਂ ਤੁਹਾਨੂੰ ਨਹੀਂ ਮਿਲਣਾ। ਅੱਬਲ ਤਾਂ 1 ਸਾਲ ਦੀ ਹੋਊਗੀ ਤਾਂ ਬੈਟਰ ਹੋਊਗਾ। ਉਹਦੇ 'ਚ ਇਦਾਂ ਹੋ ਜਾਂਦਾ ਵਾ, ਜਿਹੜਾ ਵੀਜ਼ਾ ਵਾ ਉਹ 6 ਮਹੀਨੇ 5 ਮਹੀਨੇ ਇਦਾਂ, 6 ਮਹੀਨੇ ਤੱਕ ਦਾ ਵੀਜ਼ਾ ਜਿਹੜਾ ਤੁਹਾਨੂੰ ਜਿਹੜਾ ਵਾ ਵਰਕ ਪਰਮਿਟ ਡੀ ਕੈਟਾਗਰੀ ਦਾ ਵੀਜ਼ਾ ਜਿਹੜਾ 6 ਮਹੀਨੇ ਤੱਕ ਦਾ ਮਿਲਣਾ ਵਾ। ਤੇ ਜੇ ਤੁਹਾਡੇ ਪਾਸਪੋਰਟ ਤੇ ਵੈਲਿਡਿਟੀ 5 ਮਹੀਨੇ ਦੀ ਹੋਈ, ਤੁਹਾਨੂੰ 6 ਮਹੀਨੇ ਦਾ ਵੀਜ਼ਾ ਕਿੱਦਾਂ ਮਿਲ ਜੂਗਾ? ਸੋ ਇਸ ਕਰਕੇ ਜਿਨ੍ਹਾਂ ਵੀਰਾਂ ਦੇ ਪਾਸਪੋਰਟ ਦੀ ਵੈਲਿਡਿਟੀ ਜਿਹੜੀ ਉਹ ਘੱਟ ਆ, ਤੇ ਏਜੰਟਾਂ ਜਿਹੜੇ ਪਿੰਡਾਂ ਪੁੰਡਾਂ ਵਾਲੇ ਏਜੰਟ, ਮੈਂ ਤੁਹਾਨੂੰ ਫਿਰ ਵੀ ਦੱਸਦਾ, ਇਹਨਾਂ ਨੂੰ ਐਡਾ ਨਹੀਂ ਕੋਈ ਪਤਾ ਹੈਗਾ। ਠੀਕ ਆ, ਆਪਦੇ ਦਿਮਾਗ ਨਾਲ ਹੀ ਕੰਮ ਤੁਸੀਂ ਕਰ ਲਓ। ਜੇ ਹੁਣ ਤੁਸੀਂ ਨਵਾਂ ਹੁਣ ਲਾਇਆ ਵਾ, ਮਤਲਬ ਤੁਸੀਂ ਪਾਸਪੋਰਟ ਲਾਇਆ ਵਾ, ਮੰਨ ਲਓ ਕਿ ਕਿਸੇ ਬੰਦੇ ਨੇ ਮਾਰਚ 'ਚ ਲਾਇਆ ਵਾ, ਤੇ ਉਹਦੀ ਮਾਰਚ ਦੇ ਵਿੱਚ 1 ਸਾਲ ਦੀ ਵੈਲਿਡਿਟੀ ਹੈਗੀ ਆ, ਤੇ ਘੱਟੋ ਘੱਟ ਅਗਲੀ ਮਾਰਚ ਅਗਲੀ ਅਗਲੇ ਸਾਲ ਤੇ ਸਟਾਰਟਿੰਗ ਤੱਕ ਤੁਸੀਂ, ਜਾਂ ਦਸੰਬਰ ਤੱਕ ਤੁਹਾਡਾ ਕੰਮ ਬਣੂਗਾ, ਮਤਲਬ ਉਦੋਂ ਨਵੰਬਰ ਦਸੰਬਰ ਦੇ ਵਿੱਚ ਤੁਹਾਡਾ ਜਿਹੜਾ ਵਾ ਪਾਸਪੋਰਟ ਅੰਬੈਸੀ ਤੱਕ ਪਹੁੰਚੂਗਾ, ਤੇ ਉਦੋਂ ਜਿਹੜੀ ਵੈਲਿਡਿਟੀ ਨਹੀਂ ਰਹਿਣੀ ਹੈਗੀ। ਸੋ ਇਸ ਕਰਕੇ ਆਪਣੇ ਏਜੰਟਾਂ ਨਾਲ ਗੱਲ ਕਰੋ ਕਿ ਸਾਡੇ ਤੁਸੀਂ ਪੇਪਰ ਸਬਮਿਟ ਰੱਖੋ, ਪੇਪਰ ਅਪਲਾਈ ਕਰੋ, ਮੌਕਾ ਪੇਪਰ ਨਿਕਲਣ ਦਿਓ, ਠੀਕ ਆ, ਜੋਬ ਆਫਰ ਲੈਟਰ ਨਿਕਲਣ ਦਿਓ, ਤੇ ਸਾਨੂੰ ਮਤਲਬ ਅਸੀਂ ਪਾਸਪੋਰਟ ਰੀਨਿਊ ਕਰ ਲੈਂਦੇ ਹਾਂ। ਤੇ ਰੀਨਿਊ ਕਰਨ ਨੂੰ ਕੋਈ ਬਹੁਤਾ ਟਾਈਮ ਨਹੀਂ ਲੱਗਦਾ, 1 ਅੱਧੇ ਮਹੀਨੇ ਤੱਕ, 15 20 ਦਿਨ ਤੱਕ ਜਿਹੜਾ ਪਾਸਪੋਰਟ ਰੀਨਿਊ ਹੋ ਕੇ ਆ ਜਾਂਦਾ ਵਾ, ਤਤਕਾਲ ਦੇ ਵਿੱਚ ਵੀ ਮਿਲ ਜਾਂਦਾ ਵਾ। ਸੋ ਇਹ ਇੱਕ ਜ਼ਰੂਰੀ ਜਿਹੜੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਨੀ ਸੀਗੀ, ਜਿਨ੍ਹਾਂ ਵੀਰਾਂ ਦੇ ਪਾਸਪੋਰਟ ਖਤਮ ਹੋਣ ਵਾਲੇ ਆ, ਜਾਂ ਜਿਹੜੇ ਵੀਰ ਰੋਮਾਨੀਆ ਦਾ ਅਪਲਾਈ ਕਰਨਾ ਚਾਹੁੰਦੇ ਆ, ਤੇ ਉਹਨਾਂ ਦੇ ਪਾਸਪੋਰਟ 8 ਮਹੀਨੇ 9 ਮਹੀਨੇ ਇਦਾਂ ਉਹਨਾਂ ਦੇ ਪਾਸਪੋਰਟ ਦੀ ਵੈਲਿਡਿਟੀ ਹੈਗੀ ਆ, ਤੇ ਉਹ ਰੀਨਿਊ ਕਰਾ ਲੈਣ, ਕਿਉਂਕਿ 1 ਸਾਲ ਤੱਕ ਤੁਸੀਂ ਪਾਸਪੋਰਟ ਰੀਨਿਊ ਕਰਾ ਸਕਦੇ ਆ, ਮਤਲਬ ਜੇ ਤੁਹਾਡੇ ਪਾਸਪੋਰਟ ਦੀ ਵੈਲਿਡਿਟੀ 1 ਸਾਲ ਰਹਿ ਗਈ ਆ ਨਾ, ਤੇ ਤੁਸੀਂ ਰੀਨਿਊ ਕਰਾ ਸਕਦੇ ਆ। ਸੋ ਬਾਅਦ ਵਿੱਚ ਤੁਹਾਨੂੰ ਪ੍ਰੋਬਲਮ ਹੋਵੇ ਕੋਈ, ਇਹਨੂੰ ਚੰਗਾ ਵਾ ਕਿ ਤੁਸੀਂ ਰੀਨਿਊ ਕਰਾ ਲਓ। ਤੇ ਇਹਦੇ ਨਾਲ ਹੀ ਇੱਕ ਹੋਰ ਤੁਹਾਡੇ ਨਾਲ ਗੱਲ ਸ਼ੇਅਰ ਕਰਨੀ ਸੀਗੀ।
ਜੇ ਮਤਲਬ ਤੁਸੀਂ ਆਪਣਾ ਫਿਊਚਰ, ਕਿਉਂਕਿ ਮੋਸਟਲੀ ਜਿੱਦਾਂ ਦੇ ਹਾਲਾਤ ਇੰਡੀਆ ਪੰਜਾਬ ਦੇ ਚੱਲਦੇ ਪਏ ਆ, ਹਰ ਬੰਦਾ ਹੀ, ਚਾਹੇ ਉਹ ਪੜ੍ਹਿਆ ਲਿਖਿਆ, ਚਾਹੇ ਅਨਪੜ੍ਹ, ਚਾਹੇ ਕੋਈ ਵੀ ਬੰਦਾ ਵਾ, ਉਹ ਕਹਿੰਦਾ ਕਿ ਮੈਂ ਇੰਡੀਆ ਨਾ ਰਵਾਂ, ਜਾਂ ਮੈਂ ਆਪਣੇ ਬੱਚਿਆਂ ਨੂੰ ਇੰਡੀਆ ਨਾ ਰੱਖਾਂ, ਆਪਣੀ ਫੈਮਿਲੀ ਨੂੰ ਇੰਡੀਆ ਨਾ ਰੱਖਾਂ, ਇੱਦਾਂ ਦੇ ਹਾਲਾਤ ਬਣੇ ਪਏ। ਠੀਕ ਆ, ਰੰਗਲਾ ਪੰਜਾਬ ਜਿਹੜਾ ਉਹ ਗਾਣਿਆਂ ਗੁਣਿਆਂ 'ਚ ਹੋਈ ਜਾਂਦਾ ਸੀਗਾ, ਉਹ ਬਾਤ ਦੀ ਗੱਲ ਆ, ਸਾਰੇ ਸਿਆਣੇ ਹੀ ਆ। ਸੋ ਇਸ ਕਰਕੇ ਬੰਦੇ ਨੂੰ ਇਹ ਹੁੰਦਾ ਕਿ ਯਾਰ ਮੈਂ ਜਾਊਂਗਾ, ਤੁਹਾਡਾ ਚੰਗਾ ਕੰਮ ਕਾਰ ਹੋਊਗਾ। ਮੈਂ ਇਸ ਕੰਟਰੀ ਦੀ ਨਹੀਂ ਗੱਲ ਕਰਦਾ, ਮੈਂ ਕਿਸੇ ਵੀ ਕੰਟਰੀ ਦੀ ਲਾ ਲਓ, ਜੇ ਉੱਥੇ ਤੁਹਾਡਾ ਚੰਗਾ ਕੰਮ ਕਾਰ ਹੋਊਗਾ ਤਾਂ ਫਿਰ ਬੰਦਾ ਸੋਚਦਾ ਕਿ ਯਾਰ ਆਪਣੀ ਫੈਮਿਲੀ ਵੀ ਇੱਥੇ ਲੈ ਕੇ ਆਵਾਂਗੇ, ਇੱਥੇ ਫਿਊਚਰ ਠੀਕ ਆ। ਸੋ ਉਹ ਬੰਦੇ ਜਿਨ੍ਹਾਂ ਦੀ ਮੈਰਿਜ ਹੋਈ ਆ, ਉਹਨਾਂ ਦੀ ਵਾਈਫ ਦਾ ਜਿਹੜਾ ਪਾਸਪੋਰਟ ਤੇ ਨਾਮ ਨਹੀਂ ਚੜ੍ਹਿਆ, ਤਾਂ ਉਹ ਚੜਵਾ ਕੇ ਆਉਣ, ਕਿਉਂਕਿ ਇੱਥੇ ਆ ਕੇ ਬੰਦੇ ਦੇ 100 ਪਲਾਨ ਬਣ ਜਾਂਦੇ ਆ। ਤੁਸੀਂ ਘਰੋਂ ਬਾਹਰ ਜਦੋਂ ਤੁਹਾਡੇ ਚੰਗੇ ਪੈਸੇ ਬਣਦੇ ਆ, ਚੰਗਾ ਲਾਈਫ ਸਟਾਈਲ ਬਣ ਜਾਂਦਾ ਵਾ, ਚੰਗੀ ਤੁਹਾਡੀ ਤੁਹਾਨੂੰ ਕੰਪਨੀ ਚੰਗੀ ਮਿਲ ਜਾਂਦੀ, ਕੋਈ ਵੀ ਕੰਟਰੀ ਲਾ ਲਓ, ਤੁਹਾਨੂੰ ਰਹਿਣ ਸਹਿਣ ਚੰਗਾ ਮਿਲ ਜਾਂਦਾ, ਫਿਰ ਆਟੋਮੈਟਿਕਲੀ ਬੰਦਾ ਸੋਚ ਲੈਂਦਾ। ਇੱਕ ਲਿੰਕ ਹੁੰਦਾ ਬੰਦੇ ਦਾ ਕਿ ਉਹ ਪਰਿਵਾਰਾਂ ਵਾਲੇ ਲਿੰਕ 'ਚ ਬਹਿੰਦਾ, ਚੰਗਿਆਂ ਬੰਦਿਆਂ ਵਾਲੇ 'ਚ ਬਹਿੰਦਾ, ਸ਼ਰਾਬ ਪੀ ਕੇ ਰੌਲਾ ਪਾਈ ਜਾਣਾ ਉਹ ਤਾਂ ਅੱਡ ਗੱਲ ਆ, ਹੈ ਨਾ, ਉਹਨਾਂ ਵਿੱਚ ਤਾਂ ਸਾਰੇ ਬਿੰਦੇ ਆ, ਦੇਖਦੇ ਵੀ ਆ, ਪਰ ਹੌਲੀ ਹੌਲੀ ਬੰਦਾ ਮੂਵ ਔਨ ਹੋਈ ਜਾਂਦਾ ਵਾ, ਚੰਗੇ ਲੋਕਾਂ, ਚੰਗਾ ਬਹਿਣਾ ਖਲੋਣਾ, ਫਿਰ ਉਹ ਬੰਦੇ ਨੂੰ, ਬੰਦੇ ਦੀ ਸੋਚ ਇਹ ਹੋਈ ਜਾਂਦੀ ਹੈ ਕਿ ਯਾਰ ਕਿਉਂ ਨਾ ਕਿ ਆਪਾਂ ਵੀ ਫੈਮਿਲੀ ਸੱਦੀ ਜਾਵੇ। ਜਦੋਂ ਤੁਸੀਂ ਫੈਮਿਲੀਆਂ ਦੇ ਵਿੱਚ ਬਹਿੰਦੇ ਨਾ ਜਾ ਕੇ, ਜਿਹੜੀਆਂ ਇੰਡੀਅਨ ਫੈਮਿਲੀਆਂ ਇੱਥੇ ਆ ਜਾਂ ਕਿਸੇ ਵੀ ਕੰਟਰੀ 'ਚ, ਤਾਂ ਤੁਸੀਂ ਉਹਨਾਂ ਨੂੰ ਦੇਖਦੇ, ਉਹਨਾਂ ਦੇ ਬੱਚੇ ਉਹਨਾਂ ਨਾਲ, ਉਹਨਾਂ ਦੀ ਵਾਈਫ, ਉਹਨਾਂ ਦੇ ਪੇਰੈਂਟਸ ਨਾਲ, ਫਿਰ ਬੰਦਾ ਆਟੋਮੈਟਿਕ ਸੋਚਦਾ ਕਿ ਯਾਰ ਇਹਨਾਂ ਦੇ ਵੀ ਨਾਲ ਆ, ਤਾਂ ਅਸੀਂ ਵੀ ਟਰਾਈ ਕਰ ਲੈਂਦੇ ਹਾਂ ਕਿ ਸਾਡਾ ਚੰਗਾ ਕੰਮ ਕਰ ਆ, ਚੰਗੇ ਸਾਨੂੰ ਪੈਸੇ ਆਉਂਦੇ ਆ। ਅਤੇ ਉਹ ਬੰਦੇ ਜੇ ਇੰਡੀਆ ਦੇ ਵਿੱਚ ਆ, ਅਤੇ ਪਾਸਪੋਰਟ 'ਤੇ ਹੁਣੇ ਨਾਂ ਚੜ੍ਹਾ ਲਓ ਆਪਣੀ ਵਾਈਫ ਦਾ, ਉਹਦੇ ਵਾਸਤੇ ਤੁਹਾਨੂੰ ਜਿਹੜਾ ਕੋਰਟ ਮੈਰਿਜ ਦਾ ਇੱਕ ਸਰਟੀਫਿਕੇਟ ਹੋਣਾ ਚਾਹੀਦਾ ਵਾ, ਇਦਾਂ ਦੇ ਇੱਕ ਦੋ ਪਰੂਫ ਲੱਗਦੇ ਆ, ਅਤੇ ਉਹ ਜਿਹੜਾ ਈਜ਼ੀਲੀ ਆ ਜਿਹੜਾ ਵਾ ਪਾਸਪੋਰਟ 'ਤੇ ਨਾਮ ਚੜ੍ਹ ਜਾਂਦਾ ਵਾ। ਉਹਨਾਂ ਵਾਸਤੇ ਆ ਜਿਹੜੇ ਆਪਣੇ ਬੱਚਿਆਂ ਦਾ, ਆਪਣੀ ਵਾਈਫ ਦਾ, ਜਾਂ ਆਪਣੇ ਘਰਦਿਆਂ ਦਾ ਫਿਊਚਰ ਦੇਖ ਸੋਚਦੇ ਵਧੀਆ, ਜਾਂ ਉਹਨਾਂ ਨੂੰ ਆਪਣੇ ਨਾਲ ਰੱਖਣਾ ਚਾਹੁੰਦੇ ਆ। ਯੂਰਪ ਦੇ ਵਿੱਚ ਮੈਨੂੰ ਕਿਸੇ ਕੰਟਰੀ ਦਾ ਨਹੀਂ ਪਤਾ, ਪਰ ਸਭ ਨੂੰ ਸੌਖਾ ਤਰੀਕਾ ਘੱਟ ਪੈਸਿਆਂ ਦੇ ਵਿੱਚ ਆਪਣੀ ਫੈਮਿਲੀ ਨੂੰ ਬੁਲਾਉਣ ਦਾ, ਰੋਮਾਨੀਆ ਦੇ ਵਿੱਚ। ਰੋਮਾਨੀਆ ਦੇ ਵਿੱਚ ਜੇ ਤੁਹਾਨੂੰ 1 ਸਾਲ ਰਹਿੰਦਿਆਂ ਹੋ ਗਿਆ ਵਾ, ਉਸ ਤੋਂ ਬਾਅਦ ਤੁਸੀਂ ਆਪਣੀ ਫੈਮਿਲੀ ਨੂੰ ਜਿਹੜਾ ਵਾ ਇੱਥੇ ਬੁਲਾ ਸਕਦੇ ਆ। ਬਾਕੀ ਫੈਮਿਲੀ ਵੀਜ਼ੇ ਬਾਰੇ ਇੱਕ ਨਵੀਂ ਅਪਡੇਟ ਮੈਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰੂੰਗਾ, ਕਿਉਂਕਿ ਮੇਰੇ ਕੋਲ ਥੋੜ੍ਹਾ ਜਿਹਾ ਟਾਈਮ ਦੀ ਸ਼ੋਰਟੇਜ ਆ ਉਹਦੇ ਕਰਕੇ ਆ, ਨਵੇਂ ਕੀ ਹੁਣ ਡਾਕੂਮੈਂਟ ਲੱਗ ਰਹੇ, ਨਵੇਂ ਕੀ ਰੂਲ ਆਏ ਆ, ਤਾਂ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗਾ, ਨਵੇਂ ਸਾਰੇ ਤੁਹਾਨੂੰ ਦੱਸੂੰਗਾ ਕੀ ਰੂਲ ਐਂਡ ਰੈਗੂਲੇਸ਼ਨ ਆ ਸਾਰਾ ਕੁਝ, ਵੀ ਹੁਣ ਕਿੱਦਾਂ ਜਿਹੜੇ ਨਵੇਂ ਤੁਸੀਂ ਮਤਲਬ ਜਿਹੜਾ ਨਵਾਂ ਲਾਅ ਆਇਆ ਵਾ ਉਹਦੇ ਤਰੀਕੇ ਨਾਲ ਤੁਸੀਂ ਕਿੱਦਾਂ ਇੱਥੇ ਫੈਮਿਲੀ ਸਾਧ ਸਕਦੇ ਆ। ਸੋ ਇੱਦਾਂ ਦੀਆਂ ਚੀਜ਼ਾਂ ਵਾ, ਇਹ ਦੋ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਸੀਗੀਆਂ, ਤਾਂ ਜੋ ਹੁਣ ਕਈ ਬੰਦੇ ਆ, ਮੋਸਟਲੀ ਕਈ ਕਿ ਹਰ ਬੰਦਾ ਇਹ ਸੋਚਦਾ ਵਾ, ਬੰਦੇ ਦਾ ਇਹੀ ਸੁਪਨਾ ਵਾ, ਜਿਹੜਾ ਬੰਦਾ ਰੋਮਾਨੀਆ ਆਉਣ ਲੱਗਾ ਵਾ, ਰੋਮਾਨੀਆ, ਬਲਗਾਰੀਆ, ਕ੍ਰੋਏਸ਼ੀਆ, ਜੋ ਕਿਸੇ ਵੀ ਕੰਟਰੀ 'ਚ ਆਉਣ ਲੱਗਾ, ਉਹ ਸਭ ਤੋਂ ਪਹਿਲਾਂ ਇਹ ਸੋਚਦਾ ਹੁੰਦਾ ਜਾ ਕੇ ਉਹਦਾ ਕੰਮ ਕਾਰ ਠੀਕ ਆ, ਕੰਪਨੀ ਸਾਰਾ ਕੁਝ ਠੀਕ ਆ, ਦੂਜਾ ਕੰਮ ਹੁੰਦਾ ਉਹਦਾ ਫੈਮਿਲੀ ਨੂੰ ਇੰਡੀਆ 'ਚੋਂ ਕੱਢਣਾ ਅੱਜ ਦੇ ਟਾਈਮ ਦੇ ਵਿੱਚ। ਸੋ ਇਹ ਸਾਰੇ ਸੋਚਦੇ ਆ, ਮੈਂ ਵੀ ਸੋਚਦਾ, ਸਾਰੇ ਸੋਚਦੇ ਆ। ਠੀਕ ਆ, ਸੋ ਇੱਕ ਚੰਗਾ ਬੰਦਾ ਜਿਹੜਾ ਕਿ ਇੱਕ ਚੰਗੀ ਸੋਚ ਰੱਖਦਾ, ਜਿਹੜੇ ਆਪਣੇ ਬੱਚਿਆਂ ਬਾਰੇ ਚੰਗਾ ਸੋਚਦਾ ਵਾ, ਆਪਣੇ ਫਿਊਚਰ, ਕਿਉਂਕਿ ਹੁਣ ਮੋਸਟਲੀ ਲੋਕਾਂ ਨੂੰ ਪਤਾ ਲੱਗ ਗਿਆ ਕਿ ਇੰਡੀਆ 'ਚ ਕੋਈ ਫਿਊਚਰ ਨਹੀਂ ਹੈਗਾ, ਜੋਬ ਨਹੀਂ ਹੈਗੀਆਂ, ਕੋਈ ਲਾਈਫ ਸਟਾਈਲ ਨਹੀਂ ਹੈਗਾ, ਬਹੁਤ ਮਤਲਬ ਪ੍ਰੋਬਲਮ ਆ ਉੱਥੇ। ਸੋ ਇਸ ਕਰਕੇ ਹਰ ਬੰਦਾ ਚਾਹੁੰਦਾ ਕਿ ਉਹ ਵੀ ਬਾਹਰ ਜਾਵੇ, ਉਹ ਵੀ ਇੰਡੀਆ 'ਚੋਂ ਨਿਕਲੇ, ਆਪਣੀ ਫੈਮਿਲੀ ਨੂੰ ਵੀ ਕੱਢੇ। ਸੋ ਇਸ ਕਰਕੇ ਪੂਰੇ ਪ੍ਰੋਪਰ ਆਪਣੇ ਡਾਕੂਮੈਂਟ ਬਣਾ ਕੇ ਆਓ, ਜੇ ਮਤਲਬ ਤੁਹਾਡੇ ਪਾਸਪੋਰਟ 'ਤੇ ਤੁਹਾਡੀ ਵਾਈਫ ਦਾ ਨਾਮ ਨਹੀਂ ਹੈਗਾ ਤਾਂ ਉਹਨੂੰ ਚੜਵਾ ਕੇ ਆਓ, ਜੇ ਉਹਦੇ ਤੁਹਾਡੀ ਵਾਈਫ ਦੇ ਪਾਸਪੋਰਟ ਦੇ ਉੱਪਰ ਨਾਮ ਨਹੀਂ ਹੈਗਾ ਤਾਂ ਤੁਸੀਂ ਆਪਣਾ ਉੱਤੇ ਚੜਾ ਕੇ ਆਓ। ਬਾਕੀ ਮੋਸਟਲੀ ਜਿਹੜਾ ਫਿਊਚਰ ਬਾਰੇ ਸੋਚ ਰਿਹਾ ਵਾ ਜਾਂ ਇੱਦਾਂ ਦਾ, ਹੈ ਨਾ, ਆਪਦੇ ਬੱਚਿਆਂ ਦਾ ਤੁਸੀਂ ਪਾਸਪੋਰਟ ਬਣਾ ਕੇ ਆਓ, ਰੈਡੀ ਕਰਕੇ ਆਓ, ਜੇ ਤੁਸੀਂ ਰੋਮਾਨੀਆ ਵਿੱਚ ਅਪਲਾਈ ਕਰਨਾ ਵਾ ਜਾਂ ਆਪਣੀ ਫੈਮਿਲੀ ਰੋਮਾਨੀਆ 'ਚ ਸੱਦਣੀ ਆ, ਕਿਉਂਕਿ ਇੱਥੋਂ ਬਾਅਦ 'ਚ ਬੱਚਿਆਂ ਦੇ ਪਾਸਪੋਰਟ ਬਣਾਉਣਾ ਬਹੁਤ ਪ੍ਰੋਬਲਮ ਹੁੰਦੀ ਹੈ, ਕਈਆਂ ਦੇ ਸੌਖੇ ਬਣ ਜਾਂਦੇ, ਕਈਆਂ ਨੂੰ ਇਮੀਗ੍ਰੇਸ਼ਨ ਤੋਂ, ਅੰਬੈਸੀ ਦਿੱਲੀ ਤੋਂ ਕਿਹੜੇ ਕਿਹੜੇ ਡਾਕੂਮੈਂਟ ਲੈਣੇ ਪੈਂਦੇ ਆ, ਕਈ ਪੰਗੇ ਕਰਨੇ ਪੈਂਦੇ, ਬੰਦੇ ਕੋਲ ਨਹੀਂ ਟਾਈਮ ਹੁੰਦਾ। ਸੋ ਹੁਣ ਤੁਸੀਂ ਇੰਡੀਆ ਵਾ, ਇਕੱਲਾ ਇਹ ਨਾ ਸੋਚੋ ਕਿ ਰੋਮਾਨੀਆ ਦਾ ਵੀਜ਼ਾ ਹੀ ਲੈਣਾ ਵਾ, ਜੇ ਤੁਸੀਂ ਸੋਚ ਰਹੇ ਆ ਨਾ ਇੱਕ ਫਿਊਚਰ ਆਪਣੇ ਬੱਚਿਆਂ ਦਾ ਵੀ, ਆਪਣੇ ਘਰਦਿਆਂ ਦਾ, ਆਪਣੀ ਫੈਮਿਲੀ ਨਾਲ ਰਹਿਣਾ, ਤਾਂ ਪ੍ਰੋਪਰ ਡਾਕੂਮੈਂਟ ਆਪਣੇ ਕੰਪਲੀਟ ਪਹਿਲਾਂ ਹੀ ਕਰਕੇ ਆਓ, ਕਿਉਂਕਿ ਕੱਲ੍ਹ ਨੂੰ ਹੋ ਸਕਦਾ ਤੁਸੀਂ ਅੱਗੇ ਪਿੱਛੇ ਜਾਓ, ਤੁਹਾਨੂੰ ਥੋੜ੍ਹਾ ਲੇਟ ਹੋ ਜਾਏ, ਜਾਂ ਤੁਸੀਂ ਪਹਿਲਾਂ ਜਾਓ, ਸੋ ਉਸ ਪ੍ਰੋਬਲਮ ਦੇ ਵਿੱਚ ਤੁਸੀਂ, ਤੁਹਾਨੂੰ ਇਹ ਤਾਂ ਨਹੀਂ ਹੋਊਗਾ ਕਿ ਇੰਡੀਆ ਡਾਕੂਮੈਂਟ ਨਹੀਂ ਹੈਗੇ ਆਪਣੇ ਕੋਲ, ਵੀ ਉਹਨੂੰ ਡਾਕੂਮੈਂਟ ਬਣਾਉਣ ਜਾਣਾ ਪੈਣਾ। ਸੋ ਇੱਦਾਂ ਦੀਆਂ ਸਾਰੀਆਂ ਚੀਜ਼ਾਂ ਵਾ, ਇਹ ਦੋ ਗੱਲਾਂ ਤਾਂ ਮੈਂ ਡਿਸਕਸ ਕਰਨੀਆਂ ਸੀ, ਬਾਕੀ ਟਾਈਮ ਟੂ ਟਾਈਮ ਮੈਂ ਲਾਈਵ ਹੁੰਦਾ ਰਿਹਾ ਕਰੂੰਗਾ, ਅਤੇ ਕਿਉਂਕਿ ਕਈ ਵਾਰੀ ਕੋਈ ਜਿਹੜੀ ਜਾਣਕਾਰੀ ਉਹ ਨਹੀਂ ਵੀਡੀਓ ਬਣਦੀ, ਸੋ ਫਿਰ ਮੈਂ ਟਰਾਈ ਕਰੂੰਗਾ ਕਿ ਲਾਈਵ ਹੋਣ ਦੀ, ਅਤੇ ਹੁਣ ਮੈਂ ਜਿਹੜਾ ਹਫ਼ਤੇ ਦੇ ਵਿੱਚ 1-2 ਵਾਰੀ ਲਾਈਵ ਜਿਹੜਾ ਉਹ ਵੀ ਹੋਇਆ ਕਰੂੰਗਾ। ਅਤੇ ਇੰਨੀ ਕੁ ਜਿਹੜੀ ਜਾਣਕਾਰੀ ਸੀਗੀ, ਬਾਕੀ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ, ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਅੱਗੇ ਵੀ ਹੈ ਨਾ ਕਿਸੇ ਨੂੰ ਪਤਾ ਲੱਗ ਸਕੇ, ਕਿਉਂਕਿ ਬਹੁਤ ਘੱਟ ਲੋਕ ਹੀ ਆ ਜਿਹੜੇ ਮਤਲਬ ਇਹਨਾਂ ਚੀਜ਼ਾਂ ਬਾਰੇ ਬੋਲਦੇ ਆ, ਇੱਥੋਂ ਦੇ ਹਾਲਾਤਾਂ ਬਾਰੇ,
ਸੋ ਹਰ ਕੋਈ ਬੰਦਾ ਨਹੀਂ ਬੋਲਦਾ, ਮੈਂ ਕਿਸੇ ਨੂੰ ਗਲਤ ਗਾਈਡ ਕਰਦਾ ਜਾਂ ਕੁਛ ਵੀ, ਹੈ ਨਾ, ਤਾਂ ਉਹ ਪਲੀਜ਼ ਮੇਰੀ ਵੀਡੀਓ ਨਾ ਦੇਖੋ, ਉਸ ਅਨਸਬਸਕ੍ਰਾਈਬ ਵਾਲਾ ਬਟਨ ਨਾ, ਜਾਂ ਬਲੌਕ ਮੈਨੂੰ ਕਰ ਸਕਦੇ, ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਬਟ ਜਿਹੜੀ ਵੀ ਚੀਜ਼ ਚੱਲਦੀ ਆ, ਜਿਹੜੀ ਹੁੰਦੀ ਆ, ਮੈਂ ਟਰਾਈ ਕਰਦਾ ਕਿ ਮੈਂ ਉਹੀ ਦੱਸਣ ਦੀ ਤੁਹਾਨੂੰ ਟਰਾਈ ਕਰਾਂ। ਅਦਰਵਾਈਜ਼ ਫੇਕ ਨਿਊਜ਼ ਇੱਦਾਂ ਦਾ ਕੁਛ ਮੈਂ ਦੱਸਣ ਦੀ ਟਰਾਈ ਨਹੀਂ ਕਰਦਾ ਹੈਗਾ, ਨਾ ਹੀ ਮੈਂ ਇੱਦਾਂ ਦਾ ਕਦੇ ਕੋਈ ਕੁਛ ਕੀਤਾ ਵਾ ਮੋਸਟਲੀ ਰਵਾਨੀਆਂ ਬਾਰੇ। ਸੋ ਬਾਕੀ ਧੰਨਵਾਦ ਸਾਰਿਆਂ ਦਾ, ਥੈਂਕ ਯੂ।